ਕੱਲੀ ਪੁਲਿਸ ਜਾਂ ਕੱਲੀ ਕਾਰਪੋਰੇਸ਼ਨ ਨਹੀਂ, ਹਰੇਕ ਇਨਸਾਨ ਵੀ ਆਪਣੀ ਡਿਊਟੀ ਸਮਝੇ ਸਮਾਜ ਪ੍ਰਤੀ, ਉਹ ਇਹ ਸਾਰੇ ਬਹੁਤ ਰਿਸਪੈਕਟੇਬਲ ਹੈਗੇ ਆ ਔਰ ਸੈਂਸਿਟਿਵ ਨੇ ਇਸ ਗੱਲ ਨੂੰ। ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਹੋਏਗਾ, ਜਦੋਂ ਇੱਕ ਗੱਲ ਪਬਲਿਕ ਵਿਊ 'ਚ ਆ ਜਾਂਦੀ ਉਹਦਾ ਕੋਈ ਫਾਇਦਾ ਹੀ ਹੋਏਗਾ। ਪਬਲਿਕ ਚੋਰ ਫੜ ਲੈਂਦੀ ਹੈ, ਬਾਏ ਦੇ ਵੇ ਚੋਰ ਫੜ ਲੈਂਦੀ ਪਬਲਿਕ, ਤਾਂ ਪਬਲਿਕ ਦੇ ਵਿੱਚੋਂ ਕੋਈ ਅੱਗੇ ਨਹੀਂ ਆਉਂਦਾ, ਡਰਦਾ ਮਾਰਾ ਕਿ ਯਾਰ ਮੁੜ ਕੇ ਆਪਾਂ ਗਵਾਹ ਬਣਾਂਗੇ, ਸਾਨੂੰ ਦਿੱਕਤ ਹੋਏਗੀ। ਉਹਦੇ ਵਾਸਤੇ ਕੁਛ ਹੱਲ ਕੀਤਾ ਜਾਏਗਾ ਕਿ ਜੇਕਰ ਚੋਰ ਫੜਿਆ ਤਾਂ 112 ਨੰਬਰ ਦੀ ਆਪਣੇ ਕਿਸੇ ਵੀ ਪੁਲਿਸ ਵਾਲੇ ਨੂੰ ਕੋਲ ਕੀਤੀ ਜਾਵੇ ਤਾਂ ਚੋਰ ਨੂੰ ਫੜ ਲਿੱਤਾ ਜਾਵੇ ਤਾਂ ਕਾਬੂ ਕਰਕੇ। ਆਮ ਪਬਲਿਕ ਦੇਖ ਰਹੀ ਹੈ ਜੀ, ਇਹ ਤਾਂ ਚੱਲ ਹੀ ਰਿਹਾ ਆਲਰੇਡੀ, ਕੋਈ ਦਿੱਕਤ ਨਹੀਂ ਹੈ ਇਸ ਗੱਲ 'ਚ। ਅਸੀਂ ਤਾਂ ਦੇਖੋ ਪੁਲਿਸ ਦੀ ਪਰਫਾਰਮੈਂਸ ਹੀ ਇਸ ਬੇਸ 'ਤੇ, ਮੈਂ ਤਾਂ ਦੇਖਦਾ ਵੀ ਕਿੰਨੇ ਬੰਦੇ ਡਿਟੈਕਟ ਕਰਦੇ ਆ ਉਹ, ਕੋਈ ਦਿੱਕਤ ਨਹੀਂ ਆਏਗੀ ਜੀ। ਸਰ ਮੀਟਿੰਗਾਂ ਜਾਰੀ ਰਹਿਣਗੀਆਂ ਇਸ ਬਾਰੇ? ਬਿਲਕੁਲ ਜੀ, ਬਿਲਕੁਲ।